ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਆਣੂ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਵੱਡੀ ਬਿੱਗ ਬ੍ਰੇਕਿੰਗ న్యూਸ ਹੁਣੇ-ਹੁਣੇ ਵਿਦਿਆਰਥੀਆਂ ਲਈ ਆਇਆ ਵੱਡਾ ਅਲਰਟ ਜਲਦੀ ਦੇਖ ਲਓ ਪੂਰੀ ਖਬਰ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖ਼ਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਅਤੇ ਨਾਲ ਹੀ ਦੋਸਤੋ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾਈਕ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਕਾਰਨ ਵਿਦਿਕ ਅਦਾਰਿਆਂ ਨੂੰ ਪਿਛਲੇ 2 ਸਾਲਾਂ ਤੋਂ ਜਿਹੜਾ ਬੰਦ ਰੱਖਿਆ ਗਿਆ ਸੀ ਤੇ ਕਰੋਨਾ ਕੇਸਾਂ ਵਿੱਚ ਆਈ ਕਮੀ ਤੋਂ ਬਾਅਦ ਮੁੜ ਤੋਂ ਸਕੂਲਾਂ ਨੂੰ ਜਿਹੜਾ ਖੋਲਿਆ ਗਿਆ ਸੀ ਤੇ ਹੁਣ ਫਿਰ ਕਰੋਨਾ ਕੇਸ ਜਿਹੜੇ ਵਧ ਰਹੇ ਹਨ ਇਸ ਲਈ ਬੱਚਿਆਂ ਦੀ ਪੜ੍ਹਾਈ ਤੇ ਜਿਹੜਾ ਖਤਰਾ ਮੰਡਰਾ ਰਿਹਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਨੋਟਿਸ ਤੇਜ਼ੀ ਨਾਲ ਸਰਕੂਲੇਟ ਹੋ ਰਿਹਾ ਹੈ ਜੋ CBSE ਦੀ ਟਰਮ 2 ਪ੍ਰੀਖਿਆ ਨਾਲ ਸੰਬੰਧਿਤ ਨਿਰਦੇਸ਼ ਦੇ ਰਿਹਾ ਹੈ ਬੋਰਡ ਨੇ ਦੱਸਿਆ ਕਿ ਨੋਟਿਸ ਫੇਕ ਹੈ ਤੇ ਇਸ ਚ ਦਿੱਤੀ ਗਈ ਕਿਸੇ ਵੀ ਜਾਣਕਾਰੀ ਤੇ ਭਰੋਸਾ ਨਾ ਕਰੋ CBSE ਨੇ ਟਰਮ 2 ਪ੍ਰੀਖਿਆਵਾਂ ਦੀਆਂ ਗਾਈਡਲਾਈਨਸ ਜਾਂ ਪ੍ਰੀਖਿਆ ਦੇ ਅੰਤ ਚ ਕੀ ਕਰਨਾ ਹੈ ਇਹਨਾਂ ਵਰਗਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ ਨੋਟਿਸ ਲਈ ਹੈ ਕਿ CBSE ਦੇ ਨਾਂ ਤੇ ਸਟਕੂਲੇਟ ਕੀਤੇ ਜਾ ਰਹੇ ਇਸ ਫਰਜੀ ਨੋਟਿਸ ਚ 27 April ਦੀ ਤਾਰੀਖ ਦਿੱਤੀ ਗਈ ਹੈ ਇਹ ਪ੍ਰੀਖਿਆ ਦੀ ਗਾਈਡਲਾਈਨਸ ਤੇ ਪ੍ਰੀਖਿਆ ਦੇ ਅੰਤ ਤੇ ਤੇ ਕੀ ਕਰਨਾ ਹੈ ਵਰਗੇ ਕਈ ਨਿਰਦੇਸ਼ਾਂ ਦੇ ਰਿਹਾ ਹੈ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਇਸਤੇਮਾਲ ਨਾ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪੈਕ ਕੀਤਾ ਜਾਣਾ ਚਾਹੀਦਾ ਹੈ ਸਵੇਰੇ 11:30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੈ ਇਹ ਸਭ ਝੂਠਾ ਹੈ ਅਸਲ 'ਚ ਵਿਦਿਆਰਥੀਆਂ ਨੂੰ 10 ਵਜੇ ਤੋਂ ਬਾਅਦ ਕਲਾਸ 'ਚ ਐਂਟਰੀ ਨਹੀਂ ਮਿਲੇਗੀ